आहा, माशाल्लाह क्या माशाल्लाह, बात है। वाह वाह। मेरे एक भरा ने मैनू समान भेजिया, माशाल्लाह जमीन समान, आउटों आउट कंट्रियों बाहरों आउटों आउटों वाह वाह, आउटों ने भेजिया ते काउटों भेजिया। अच्छा कैसा मेरा वीर आ, मैं उहदे नाल डरदा डरदा गल करदा। सुन ला, डरदा किदा गल करदा ਉਹਨੇ ਇੱਕ। ਅੱਛਾ ਤੁਸੀਂ ਦੱਸਣਾ ਕਿ ਸਹੀ ਦੱਸਣਾ ਕਿ ਜਦੋਂ ਅਸੀਂ ਉਹ ਟੈਚੀ ਖੋਲਿਆ ਸੀ ਬਾਹਰ, ਉਹ 'ਚ ਇੱਕ ਚੀਜ਼ ਨਿਕਲੀ ਸੀ ਜਿਹੜੀ ਥੋੜ੍ਹੀ ਜਿਹੀ ਸਾਈਡ ਤੋਂ ਵੱਜ ਕੇ ਕੁਛ ਹੋ ਗਿਆ ਸੀ, ਅਤੇ ਹਾਲਾਂਕਿ ਬੜੀ ਮਹਿੰਗੀ ਸੀ। ਅਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਉਹਨੂੰ ਜਦੋਂ ਮੈਂ ਕਹਿਣਾ ਨਾ ਕਿ ਭਾਅ ਜੀ ਆਹ ਦੇਖੋ, ਤਾਂ ਉਹਨੇ ਕੋਲ ਕੀ ਕਹਿਣਾ? ਉਹਨੇ ਕਹਿਣਾ ਯਾਰ ਇਹਨੂੰ ਸੁੱਟ ਦਿਓ, ਹੋਰ ਲੈ ਲੈਂਦੇ, ਉਹਨੂੰ ਸੁੱਟ ਦਿਓ, ਲਿਆਓ ਮੈਂ ਨਵੀਂ ਲੈ। ਇਹੀ ਕਿਹਾ ਸੀ ਸੇਮ ਉਹਨੂੰ ਜਦੋਂ ਮੈਂ ਤਸਵੀਰਾਂ ਭੇਜੀਆਂ ਨਾ, ਤਾਂ ਰਾਤ ਨੂੰ ਦਾ ਮੈਸੇਜ ਆਇਆ, ਨੋ ਟੈਨਸ਼ਨ ਫਾਰਕ ਕਰਾਓ, ਕਹਿੰਦਾ ਮੈਂ ਹੋਰ ਭੇਜ ਦਿੰਦਾ। ਵਾਹ ਵਾਹ ਵਾਹ। ਉਹਦੇ ਨਾਲ ਮੈਂ ਡਰਦਾ ਗੱਲ ਨਹੀਂ ਕਰਦਾ, ਮੈਂ ਕਿਸੇ ਪ੍ਰੋਡਕਟ ਦਾ ਨਾਂ ਨਹੀਂ ਲੈਂਦਾ, ਮੈਂ ਕਿਸੇ ਪਰਫਿਊਮ ਦਾ ਉਹਦੇ ਸਾਹਮਣੇ ਨਾਂ ਨਹੀਂ ਲੈਂਦਾ। ਉਹ ਪਤਾ ਨਹੀਂ ਮੇਰੇ ਵੱਲੋਂ ਨਾ ਸਾਈਕੀ ਆ ਉਹਨੂੰ ਕੋਈ, ਕਿ ਮੈਂ ਉਹਨੂੰ ਕਹਾਂ ਨਾ ਹੋਰ ਭਾਅ ਜੀ ਠੀਕ ਠਾਕ ਜੀ, ਇਹ ਉਹ ਕਿੱਥੇ ਸੀ? ਮੈਂ ਕਿਹਾ ਯਾਰ ਬਸ ਐਵੇਂ। ਅੱਛਾ ਅਤੇ ਕਿੱਦਾਂ? ਮੈਂ ਕਿਹਾ ਬਸ ਉਹ ਪਿੱਛੇ ਜੇ ਉਹਦਾ ਸਪੀਕਰ ਨਹੀਂ ਆਈਫੋਨ ਦਾ ਪੁਆਇਆ, ਅਤੇ ਮੈਂ ਕਿਹਾ ਯਾਰ ਉਹ ਅੱਜ ਇਸ ਤਰ੍ਹਾਂ ਨਾ ਸਪੀਕਰ ਉਹਦਾ ਆਈਫੋਨ ਦਾ ਪੁਆਇਆ, ਸਪੀਕਰ ਖਰਾਬ ਹੋ ਗਿਆ। ਮੈਂ ਅੱਗੋਂ ਕਹਿੰਦਾ ਉਹ ਨਹੀਂ ਨਹੀਂ ਕੁਛ ਨਹੀਂ ਹੋਇਆ, ਸਹੀ ਆ, ਨਹੀਂ 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 ਲੈ ਉਹ ਬਾ ਲੈਂਦਾ ਦਿਮਾਗ 'ਚ ਕੋਈ ਚੀਜ਼। ਅੱਛਾ ਵੀ ਮੈਂ ਉਹਨੂੰ ਹੁਣ ਕਿਹਾ ਕਿ ਯਾਰ ਮੇਰਾ ਮੇਰੇ ਵੀ ਸ਼ੌਕ ਆ ਨਾ। ਅੱਛਾ ਵੈਸੇ ਮੈਂ ਸਹੀ ਜੈਨੂਅਨ ਗੱਲ ਤੁਹਾਨੂੰ ਦੱਸਣ ਲੱਗਾ ਸੱਚੀ ਮੁੱਚੀ ਵਾਲੀ, ਕਿ ਉਹ ਭਾਈ ਜਿਹੜਾ ਨਾ, ਜਿਹੜੇ ਮੇਰੇ ਅੰਦਰ ਸ਼ੌਕ ਦੱਬੇ ਸੀ ਨਾ, ਜਿਹੜੇ ਇਨ ਮੈਂ ਕਹਿੰਦਾ ਸੀ ਯਾਰ ਇੱਦਾਂ ਦੀ ਮੇਰੀ ਲਾਈਫ ਹੋਵੇ, ਇਹ ਚੀਜ਼ ਮੇਰੇ ਕੋਲ ਹੋਵੇ, ਪ੍ਰੋਜੈਕਟਰ ਹੋਵੇ ਮੇਰੇ ਕੋਲ ਸਪੀਕਰ ਵੱਡੇ ਹੋਣ, ਮੇਰੇ ਕੋਲ ਆਹ ਹੋਵੇ, ਉਹ ਭਾਈ ਉਹਨੇ ਮੇਰਾ ਸ਼ੌਕ ਪੂਰਾ ਕਰਾਇਆ, ਕਸਮ ਵਾਲੀ ਗੱਲ, ਅਤੇ ਮੈਂ ਹੈਪੀ ਹਾਂ। ਅਤੇ ਲੇਕਿਨ ਉਹ ਇੱਕ ਖਤਰਨਾਕ ਗੱਲ ਵਿੱਚ ਕਰਦਾ, ਜੇ ਜਿੱਥੋਂ ਮੈਂ ਦੌੜਦਾ ਹਾਂ, ਉਹ ਕਹਿੰਦਾ ਨਹੀਂ ਗੱਲ ਬਣਦੀ ਹੈ, ਮੈਂ ਉਹਨੂੰ ਕਹਿੰਦੇ ਯਾਰ ਉਹਨੇ ਇਦਾਂ ਕਿਦਾਂ ਕਤਲ ਕਰ ਦੇਣਾ, ਉਹਨੇ ਇੱਕ ਗੱਲ ਬਣਦੀ ਹੈ ਯਾਰ, ਇਹ ਘਰ ਛੱਡ ਕੇ ਆਇਆ ਕਰ ਕੌਮੇਡੀ ਕੌਮੇਡੀ, ਬਸ ਚੰਗਾ ਰਿਹਾ ਹੁਣ, ਮਰੇ ਚੂਚੇ ਨਾਲ ਦਰਵਾਜ਼ਾ ਪਾਲਿਸ਼ ਕੀਤਾ ਹੁੰਦਾ ਹੀ ਬਸ। ਓਏ ਠੇਡਾ ਖਾਣ ਦੀ ਵਜ੍ਹਾ ਤੋਂ ਬੰਦਾ ਸਿੱਧਾ ਖੜਾ ਹੋ ਗਿਆ, ਓਏ ਕਬੂਤਰ ਨਾਲ ਗੱਡੀ ਸਾਫ਼ ਕੀਤੀ, ਹੁਣ ਤੇ ਉਲਟੀ ਕੀਤੀ ਹੁੰਦੀ ਵੇ, ਕਿੱਥੇ ਪੁਲ ਤੇ ਰੇਡ ਵੀ ਅੰਡਰਪਾਸ ਚਾਹ ਪਕਾਈ ਕਰਦੇ, ਲਿਆਉਂਦਾ ਰਸ ਨਾਲ ਟਾਸ ਕੀਤਾ ਹੁੰਦਾ ਜੀ, ਰਸ ਦਾ ਟਾਪ, ਟੋਪੀ ਆਈ ਤੇਰਾ ਸਿੱਧਾ ਆ ਗਿਆ ਮੇਰਾ, ਜੰਪ ਦੀ ਵਜ੍ਹਾ ਤੋਂ ਨਿੱਛ ਮਾਰੀ ਹੁੰਦੀ, ਓਏ ਡੱਡੂਆਂ ਦਾ ਕਲੀ ਜੋਟਾ ਖੇਡਿਆ ਹੁੰਦਾ, ਓਏ ਕੇਕ ਰਸ ਨਾਲ ਲਕੀਰਾਂ ਲੱਗੀਆਂ ਹੁੰਦੀਆਂ, ਯੈਲੋ ਯੈਲੋ ਰੰਗ ਦਾ ਮਲੋਕ ਹੁੰਦਾ ਜੀ, ਠਹਿਰ ਜਾ ਹਾਂਜੀ, ਟੋਂਡੇ ਨੇ ਜੂ ਮਾਰੀ ਹੁੰਦੀ ਹੈ ਕਰਕੇ, ਆਹੋ ਆਹੋ ਐ ਕਰਕੇ ਉਹਨੇ ਇੱਥੇ ਰੱਖ ਕੇ ਮਾਰੀ, ਚਲੋ ਸਹੀ ਗੱਲ ਹੈ, ਤੁਹਾਡੀ ਵਾਰੀ, ਚਲੋ ਸਾਹ ਘੁੱਟ ਕੇ ਕੁਰਬਾਨੀ ਕੀਤੀ ਹੁੰਦੀ ਬੱਕਰੇ ਨੂੰ ਇੱਥੇ ਲੈ ਕੇ ਐਂ ਕਰਦਾ। ਅੱਛਾ ਉਹ ਬੰਦੇ ਦੀ ਗੱਲ ਸੁਣਾਓ, ਅੱਛਾ ਛਾਪਰ ਦੇ ਟੂਟੀ ਲਵਾਈ ਹੁੰਦੀ, ਛਾਪਰ ਦਾ ਪਾਣੀ ਭਰ ਕੇ ਤੈਨੂੰ ਟੁੱਟੀ, ਓਏ 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 ਓਏ, ਫੈਸਲ ਕਿਸੇ ਅਨਾੜੀ ਬੰਦੇ ਕੋਲ ਕੰਮ ਕਰਵਾਇਆ, ਜਦੋਂ ਤੁਹਾਨੂੰ ਬਾਹਰੋਂ ਕੋਈ ਸ਼ਾਮ ਦੀ ਤੁਸੀਂ ਨਾ ਟਿੱਕੀਆਂ ਚੁੱਕਦਾ ਕੰਮ, ਓਏ ਇੱਕੋ ਕਣੀ ਪੈਣ ਨਾਲ ਚਿੱਕੜ ਹੋ ਗਿਆ ਹੁੰਦਾ, ਜਾਣ ਕੇ ਛਾਪਰ ਚ ਮੁੰਡਾ ਪਾ ਕੇ ਛਾਪਰ ਡਬਲ ਕਰਾਇਆ ਹੁੰਦਾ,
ਕਣੀਆਂ ਦੀ ਵੀ ਠੀਕ ਹੈ, ਕਣੀਆਂ ਦੀ ਵੀ ਠੀਕ, ਸਹੀ ਗੱਲ ਹੈ, ਸਹੀ ਗੱਲ ਹੈ। ਓਏ ਬਿੱਲੀ ਨੂੰ ਮੋਟਰ ਲਵਾਈ ਹੁੰਦੀ, ਬਿੱਲੀ ਨੂੰ ਚੁੱਕਣ ਲਈ ਮੋਟਰ ਲਵਾਈ ਹੁੰਦੀ ਉੱਤੇ, ਸਹੀ ਗੱਲ ਹੈ, ਸਹੀ ਗੱਲ। ਓਏ ਕੋਟ ਦੇ ਬਟਨਾਂ ਨਾਲ ਕੈਰਮ ਖੇਲਿਆ ਹੁੰਦਾ, ਸਹੀ ਗੱਲ। ਓਏ ਟੂ ਪੀਸ ਦੀ ਜੇਬ 'ਚ ਝਾਵਾਂ ਪਾਇਆ ਹੁੰਦਾ, ਕੁੱਤੇ ਨੂੰ ਰੱਸੀ ਪਾ ਕੇ ਐਂ ਚੜਿਆ ਹੁੰਦਾ, ਹਾਂ ਲਾਟੂ ਟੈਪ, ਵਾਹ ਵਾਹ ਕੀ ਬਾਤ ਹੈ, ਛੱਲੀ ਨਾਲ ਖੋਤਾ ਨਿਭਾਇਆ ਹੁੰਦਾ ਜੀ। ਓਏ ਕਿਰਲੀ ਨਾਲ ਕੰਨ ਸਾਫ ਕੀਤਾ। ਅੱਛਾ ਅੱਗੇ ਉਹ ਬੰਦੇ ਦੀ ਥਰਮਾਮੀਟਰ ਨਾਲ ਲੈਟਰ ਲਿਖਿਆ ਹੁੰਦਾ, ਸਿਆਹੀ ਚੱਜ ਪਾ ਪਾ ਕੇ ਨਾ, ਕੀ ਗੱਲ ਆ ਹੁਣ। ਅੱਛੀ ਸੀਗੀ, ਅੱਛੀ ਸੀ, ਮੈਂ ਕਦੋਂ ਕਿਹਾ, ਮਾੜੀ ਤਾਂ ਨਹੀਂ ਸੀਗੀ। ਸਰੇਂਜ ਨਾਲ ਸਿਮ ਕੱਢੀ ਹੁੰਦੀ, ਬਸਤੇ ਚ ਬੀੜ ਰੱਖਿਆ ਹੁੰਦਾ ਬੱਚੇ ਦੇ ਬਸਤੇ ਚ, ਦਾਦੀ ਦਾ ਬੀੜ ਰਹਿ ਜਾਂਦਾ ਕਿਸ ਟਾਈਮ ਸਕੂਲੇ ਲੈ ਜਾਂਦਾ, ਮਾਈ ਨੇ ਡੀਜੇ ਨੇ ਕਿਹਾ ਹੁੰਦਾ ਬਿੱਲਾ ਟੋਂਕਾ ਲਗਾ ਲਾ, ਚੁੰਨੀ ਦੀ ਕੰਨੀ ਚ ਬੰਬ ਬਣਿਆ ਹੁੰਦਾ, ਚੁੰਨੀ ਦੀ ਕੰਨੀ ਚ ਬੰਬ, ਉਹ ਜਿਹੜੀਆਂ ਬੁੱਢੀਆਂ ਬਣ ਲੈਂਦੀਆਂ, ਵਾਹ ਵਾਹ ਵਾਹ। 30 ਸਾਲ ਦਾ ਬਾਬਾ ਨਸ ਕੇ ਆਇਆ ਹੁੰਦਾ, ਸਹੀ ਗੱਲ ਹੈ, ਟੈਂਕਾਂ ਚ ਫੜ ਕੇ ਬੁੱਧਾ ਕਰਕੇ ਫੌਜੀ ਕੱਢੇ ਹੁੰਦੇ, ਦੋ ਰਸਗੁੱਲੇ ਰਗੜ ਕੇ ਗਰਮ ਕਰਕੇ ਖਾਂਦੇ ਹੁੰਦੇ, ਉਹ ਇੱਕੋ ਗਲੇਲ ਨਾਲ ਜੰਗ ਜੇ ਤਲੀ ਹੁੰਦੀ, ਟੈਂਕ ਨੀ ਹੁੰਦਾ ਜਿਹੜਾ ਲੰਬਾ ਜਿਹਾ ਜਿਹਨੂੰ ਗੋਲਾ ਨਿਕਲਦਾ, ਉਹਨੂੰ ਕੱਢ ਕੇ ਚਾਹ ਠੰਡੀ ਕੀਤੀ ਹੁੰਦੀ, ਆਜ਼ਾਦਤਾ ਦਾ ਪਾਵਨ ਚਲਦਾ ਹੁੰਦਾ, ਉਹਨੂੰ ਇੰਜ ਦੀਆਂ ਜਾਂਦੀਆਂ।